ਨਵਾਂ ਬਲਾਕ ਦੇ ਪਿੰਡ ਅਲੋਹਰਾ ਵਿਖੇ ਸ਼ਾਮਲਾਟ ਜ਼ਮੀਨ ਦੇ ਇੱਕ ਵਿਸਵੇ ਵਿੱਚ ਬੈਠੇ ਗੱਡੀ ਲੋਹਾਰਾਂ ਨੂੰ ਪਿੰਡ ਦੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਤਕਾਸ਼ਾਹੀ ਕਰਕੇ ਇਹਨਾਂ ਦਾ ਸਮਾਨ ਸੜਕ ਤੇ ਸੁੱਟ ਕੇ ਤੰਗ ਪਰੇਸ਼ਾਨ ਕੀਤਾ ਗਿਆ। ਉਧਰ ਗੱਡੀ ਲੋਹਾਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ। ਦੂਸਰੇ ਪਾਸੇ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੇ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਬਾਰੇ ਵੀ ਕਿਹਾ ਜਾ ਰਿਹਾ ਹੈ। ਦੱਸ ਦਈਏ ਕਿ ਜਦੋਂ ਪੰਜਾਬ ਦੇ ਵਿੱਚ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਉਸ ਸਮੇਂ ਗੱਡੀ ਲੋਹਾਰਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਹੁੰਦੀ ਸੀ। ਇਹ ਲੋਕ ਪੰਜਾਬ ਦੇ ਪਿੰਡਾਂ ਦੇ ਵਿੱਚ ਕਈ ਦਿਨਾਂ ਤੱਕ ਰਹਿੰਦੇ ਸਨ ਅਤੇ ਇਹਨਾਂ ਦੇ ਜ਼ਿਆਦਾਤਰ ਵਪਾਰ ਪਸ਼ੂਆਂ ਨਾਲ ਹੀ ਜੁੜਿਆ ਹੁੰਦਾ ਸੀ। ਹੁਣ ਖੇਤੀ ਦਾ ਕੰਮ ਟਰੈਕਟਰਾਂ ਰਾਹੀਂ ਜ਼ਿਆਦਾਤਰ ਕੀਤਾ ਜਾਂਦਾ ਹੈ ਅਤੇ ਇਹ ਲੋਕ ਪਿੰਡਾਂ ਦੇ ਵਿੱਚ ਥੋੜ੍ਹਾ ਬਹੁਤ ਘਰਾਂ ਦੇ ਵਿੱਚ ਮੁਰੰਮਤ ਦਾ ਕੰਮ ਕਰ ਲੈਂਦੇ ਨੇ। ਨਾਭਾ ਬਲਾਕ ਦੇ ਪਿੰਡ ਅਲੋਹਰਾ ਦੇ ਵਿੱਚ ਪੰਚਾਇਤ ਵੱਲੋਂ ਇਹਨਾਂ ਨੂੰ ਥਾਂ ਦਿੱਤੀ ਗਈ ਸੀ ਜਿਸ 'ਤੇ ਕਿ ਇਹ ਰਹਿ ਰਹੇ ਸਨ ਅਤੇ ਪਿੰਡ ਦੇ ਸਰਪੰਚ ਮੁਤਾਬਕ ਵੀ ਇਹ ਲੋਕ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰਦੇ ਸਨ, ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਹੈ ਉਹ ਨਿੰਦਣਯੋਗ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ। ਗੁਜ਼ਾਰੇ ਯੋਗ ਇਹਨਾਂ ਦਾ ਥਾਂ ਹੋ ਗਏ ਤੇ ਅਸੀਂ ਵੀ ਕਹਿਤਾ ਵੀ ਚਲੋ ਭਾਈ ਬੈਠੇ ਰਹੋ ਜਿੰਨਾ ਟਾਈਮ ਹੈਗਾ, ਜਦੋਂ ਕਦੇ ਸਰਕਾਰ ਵੱਲੋਂ ਤੁਹਾਨੂੰ ਕਿਤੇ ਜਗ੍ਹਾ ਮਿਲ ਕੇ ਜੇ ਕੋਈ ਅਲਾਟਮੈਂਟ ਹੋ ਗਈ ਤਾਂ ਉੱਥੇ ਆਪਦਾ ਪੱਕਾ ਕਬਜ਼ਾ ਕਰ ਲਿਓ। ਅਤੇ ਕੁਛ ਨਜਾਇਜ਼ ਬੰਦਿਆਂ ਨੇ ਜਿਨ੍ਹਾਂ ਦਾ ਇੱਥੇ ਕੋਈ ਕਬਜ਼ਾ ਵੀ ਨਹੀਂ ਸੀ, ਕੁਛ ਵੀ ਨਹੀਂ ਸੀ ਹੈਗੀ, ਜਗ੍ਹਾ ਵੀ ਨਹੀਂ ਹੈਗੀ ਉਹਨਾਂ ਦੇ, ਨੌ ਪੰਚਾਇਤੀ ਜਗ੍ਹਾ ਹੈ, ਉਹਨਾਂ ਨੇ ਧੱਕਾ ਕੀਤਾ ਆ ਕੇ ਸਵੇਰੇ ਇਹਨਾਂ ਨਾਲ ਸਾਜਰੇ ਧੱਕਾ ਕਰਕੇ ਇਹਨਾਂ ਦੀ ਰੇਹੜੀਆਂ ਰੂੜੀਆਂ ਪਲਟਾ ਦਿੱਤੀਆਂ, ਸਮਾਨ ਖਟਾਤਾ, ਕਣਕ ਕੁਣਕ ਵਗੈਰਾ, ਟੀਵੀ ਟੂਵੀ ਭੰਨ, ਕੁੜੀਆਂ ਦੇ ਵਿੱਚ ਮੁੰਡਿਆਂ ਦੇ ਇਹਨਾਂ ਦੀ ਸੁੱਟੀਆਂ ਸੁੱਟੀਆਂ ਹੀ ਮਾਰੀਆਂ ਨੇ। ਪਰ ਇਹ ਗਰੀਬ ਬੰਦੇ ਨੇ, ਇਹ ਲੜਨ ਤੋਂ ਡਰਦੇ ਨੇ ਮੂਹਰੋਂ। ਇਹ ਵੀ ਸਰਕਾਰ ਵੱਲੋਂ ਇਹਨਾਂ ਦੇ ਗਰੀਬਾਂ ਦਾ ਜਾਂ ਕੋਈ ਹੱਲ ਕੀਤਾ ਜਾਵੇ ਜਾਂ ਫਿਰ ਇਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ, ਜਿਵੇਂ ਇਹਨਾਂ ਦੀ ਗੱਡੀਆਂ ਤੋੜਤੀਆਂ, ਪੀਪੇ ਭੰਨਤੇ, ਟੀਵੀ ਭੰਨਤੇ, ਹੋਰ ਜਿਹੜਾ ਭਾਂਡੇ ਭੁੰਡੇ ਤੇ ਬਾਕੀ ਇਹਨਾਂ ਦਾ ਸਮਾਨ ਵਿੱਚੋਂ ਚੋਰੀ ਵੀ ਕਰਕੇ ਲੈ ਗਏ। ਇਹਨਾਂ ਦਾ ਸਾਨੂੰ ਉੱਠਣ ਬਾਰੇ ਕਹਿੰਦਾ ਅਸੀਂ ਉੱਠ ਜਾਂਦੇ ਹਾਂ, ਜਦੋਂ ਇਹਨਾਂ ਨੇ ਸਾਨੂੰ ਬਿਠਾਏ ਸੀ ਇਹ ਪਿਆਰ ਨਾਲ ਕਹਿੰਦੇ ਅਸੀਂ ਉੱਠ ਜਾਂਦੇ, ਜਦੋਂ ਇਹਨਾਂ ਨੇ ਧੱਕਾ ਰਾਹੀ ਕਰੀ ਇੱਥੇ ਸਾਡਾ ਸਮਾਨ ਸਾਰਾ ਚੱਕ ਕੇ ਵਗਾ ਤਾ, ਨਾਲੇ ਸਾਡੇ ਤੋਂ ਕੁੱਟਮਾਰ ਕਰੀ ਜੀ। ਸਾਨੂੰ ਇੱਕ ਵਾਰੀ ਵੀ ਇਹ ਕਹਿ ਦਿੰਦੇ ਵੀ ਅਸੀਂ ਸਲਾਹ ਸਰਮਤੀ ਨਾਲ ਉੱਠ ਜਾਂਦੇ ਇੱਥੋਂ। ਹਾਂਜੀ, ਸਾਰਾ ਸਾਡਾ ਸਮਾਨ ਸਮੂਨ ਖੰਡਾ ਤਾ, ਅਸੀਂ ਜੱਟਾਂ ਦੇ ਵੀ ਜ਼ਮੀਨਾਂ 'ਚ ਬਹਿੰਦੇ ਹਾਂ, ਹੋਰ ਦੀ ਜ਼ਮੀਨਾਂ 'ਤੇ ਵੀ ਬਹਿੰਦੇ ਹਾਂ। ਹਾਂਜੀ ਜੀ, ਇੱਕ ਵਾਰ ਵੀ ਸਾਨੂੰ ਇਹ ਕੱਕੂ ਅਤੇ ਕੱਕੂ ਦੀ ਮੰਮੀ ਕਹਿ ਦਿੰਦੀ ਅਸੀਂ ਉੱਠ ਜਾਂਦੇ।